ਸਟਾਰਟਿੰਗ ਤਾਂ ਬਚਪਨ ਤੋਂ ਹੀ ਹੋ ਗਈ ਸੀ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਸੀਗਾ ਮੈਂ ਕਲਾਸਿਕਲ 뮤직 ਦੀ ਟ੍ਰੇਨਿੰਗ ਲਿੱਤੀ ਸੀਗੀ ਮੇਰੇ ਗੁਰੂ ਜੀ ਦਾ ਨਾਮ ਪਾਠ ਸਿੰਘ ਜੀ ਹੈ ਐਂਡ ਕੁਝ ਸਾਲਾਂ ਤੋਂ ਮੈਂ 뮤직 ਪ੍ਰੋਡਕਸ਼ਨ ਦੀ ਵੀ ਹੋਰ ਟ੍ਰੇਨਿੰਗ ਸਟਾਰਟ ਕਰਦੀ ਸੀ ਅਤੇ ਮੇਰੇ ਉਸਤਾਦ ਜੀ ਪ੍ਰਗਟ ਕੁਮਾਰ ਜੀ ਮੇਰੇ ਦੋਨੋਂ ਟੀਚਰਸ ਨੇ ਮੇਰਾ ਬਹੁਤ ਸਾਥ ਦਿੱਤਾ ਐਂਡ ਓਬਵੀਅਸਲੀ ਮੇਰੇ ਪੇਰੈਂਟਸ ਆਈ ਐਮ ਥੈਂਕਫੁਲ ਟੂ ਮਾਈ ਪੇਰੈਂਟਸ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਐਂਡ ਮੈਨੂੰ ਇੱਥੇ ਤੱਕ ਆਉਣ ਵਾਸਤੇ ਮੋਟੀਵੇਟ ਕੀਤਾ ਵਿਦਆਊਟ ਐਨੀ ਹੈਜੀਟੇਸ਼ਨ ਕਿ ਬੀਂਗ ਅ ਗਰਲ ਮੈਂ 뮤직 ਪ੍ਰੋਡਿਊਸਰ ਜਾਂ ਇਹੋ ਜਿਹੀ ਫੀਲਡ ਚੂਜ਼ ਕੀਤੀ ਆਪਕੇ ਪੇਰੈਂਟਸ ਆਲਰੇਡੀ 뮤직 ਇੰਡਸਟਰੀ ਮੇਂ ਥੇ ਜੀ ਮੇਰੇ ਪਾਪਾ 뮤직 ਫੀਲਡ ਦੇ ਵਿੱਚ ਸੀਗੇ ਐਂਡ ਮਿਊਜ਼ਿਕ ਫੀਲਡ ਦੇ ਵਿੱਚ ਸੀਗੇ ਮੇਰੇ ਪਾਪਾ ਪਰ ਕੁਛ ਖਾਸ ਉਹਨਾਂ ਨੂੰ ਸਪੋਰਟ ਨਹੀਂ ਮਿਲ ਪਾਈ ਤਾਂ ਇਸ ਲਈ ਉਹਨਾਂ ਨੇ ਬਚਪਨ ਮੈਂ ਡਾਲ ਦਿਆ ਆਪਕੋ ਮਿਊਜ਼ਿਕ ਜੀ ਮੈਨੂੰ ਬਚਪਨ ਤੋਂ ਹੀ ਉਹਨਾਂ ਨੂੰ ਇੱਕ ਸਪਾਰਕ ਦਿਖਦੀ ਸੀਗੀ ਕਿ ਸ਼ਾਇਦ ਮੇਰੀ ਡਾਟਰ ਮੇਰੇ ਡ੍ਰੀਮਸ ਨੂੰ ਪੂਰੀ ਕਰ ਪਾਊਗੀ ਤਾਂ ਉਹਨਾਂ ਨੇ ਮੈਨੂੰ ਇਹ ਫੀਲਡ ਚੂਜ਼ ਕਰਵਾਈ ਤੂੰ ਸਿੰਗਰ ਬਣਤੇ ਬਣਤੇ ਪ੍ਰੋਡਿਊਸਰ ਬਣਨੇ ਦਾ ਕਿਵੇਂ ਸੋਚਿਆ ਸਿੰਗਿੰਗ ਮਿਊਜ਼ਿਕ ਪ੍ਰੋਡਕਸ਼ਨ ਇਜ਼ ਮਾਈ ਪ੍ਰਾਇਓਰਿਟੀ ਐਂਡ ਸਿੰਗਿੰਗ ਮੇਰਾ ਇੰਟਰਸਟ ਹੈ ਹੋਬੀ ਹੈ ਕਿ ਅਗਰ ਮੈਨੂੰ ਮੌਕਾ ਮਿਲੇ ਤਾਂ ਮੈਂ ਜ਼ਰੂਰ ਕਰੂੰਗੀ ਅਭੀ ਵੀ ਗਾਤੇ ਹੈ ਨਾ ਆਪ ਦੋ ਲਾਈਨੇ ਗਾ ਦੋ ਓਕੇ ਕਦੇ ਤਾਂ ਤੂੰ ਆਵੇਂਗਾ ਵੇ ਉਸੇ ਹੀ ਚਰਾਹੇ ਤੇ ਜਿਹੜੇ ਸੀ ਚਰਾਹੇ ਤੇ ਗਿਆ ਸਾਨੂੰ ਛੱਡ ਕੇ ਜਾਂਦੀ ਬਾਰੇ ਪਿੱਠ ਵੇ ਤੂੰ ਆ ਕੇ ਪਿੱਛੇ ਤੱਕਿਆ ਖੜੇ ਰਹੇ ਲਾ ਕੇ ਆਸਾਂ ਅੱਖੀਆਂ ਨੂੰ ਅੱਡ ਕੇ वेरी नाइस तो आप म्यूज़िक प्रोड्यूस कर रहे हैं लेकिन खुद जैसे अभी आप इनको जर्सी को लॉन्च कर रही हैं ये लॉन्चिंग है ना ब्रांड भी दे चैनल तो यूट्यूब चैनल पे ना तो खुद को क्यों नहीं लॉन्च करने का सोचा एक्चुअली मेरी प्रायोरिटी एज आ टोल्ड कि मेरी प्रायोरिटी म्यूज़िक प्रोडक्शन है एंड मेरा काम म्यूज़िक का है अजय एंड जल्दी ही मैं ट्राई करूँगी कि मैं खुद का भी ट्रैक लेके आवाँ तो खुद को भी एज अ सिंगर भी लॉन्च करूँ खुद को टीवी मतलब स्क्रीन पर देखना पसंद नहीं करेंगे नहीं ऐसा कुछ नहीं है स्क्रीन पर भी आना बहुत पसंद है पर लेट्स सी जैसी सिचुएशन होगी जैसा माहौल होगा देन प्लान टू दैट तो सिंगर के साथ कैसे मुलाकात हुई जस्सी जी मैं बहुत टाइम तो जानती हूँ तो असी एक्चुअली बहुत टाइम तो असी वर्क कर ही रहे थे प्रोजेक्ट्स से पर जो जिमें सबब बनया टाइम का जिमें जो होया तो ਰਿਲੀਜ਼ ਕਰਨ ਦਾ ਮੌਕਾ ਮਿਲਿਆ ਅਤੇ ਬੰਟੀ ਭੈਣ ਸੇ ਕਿਸੇ ਮੁਲਾਕਾਤ ਹੋਈ ਯੁੱਧਵੀਰ ਮਾਨਕ ਜੀ ਮੇਰੇ ਚਾਚੂ ਉਹ ਐਕਚੁਅਲੀ ਉਹਨਾਂ ਨੂੰ ਮਿਲਵਾਉਣ ਜਾਣਾ ਸੀਗਾ ਪਾਪਾ ਨਾਲ ਗਏ ਸੀਗੇ ਅਤੇ ਉੱਥੇ ਵੈਸੇ ਹੀ ਮੇਰੇ ਪ੍ਰੋਜੈਕਟ ਦੀ ਕੋਈ ਗੱਲ ਹੋਈ ਅਤੇ ਉਹਨਾਂ ਨੇ ਮੇਰਾ ਗਾਣਾ ਸੁਣਿਆ ਅਤੇ ਉਹਨਾਂ ਨੂੰ ਬਹੁਤ ਪਸੰਦ ਆਇਆ ਅਤੇ ਆਈ ਐਮ ਥੈਂਕਫੁਲ ਕਿ ਉਹਨਾਂ ਨੇ ਮੇਰੇ ਗਾਣੇ ਨੂੰ ਮੇਰੇ ਟੈਲੈਂਟ ਨੂੰ ਪਰਖਿਆ ਅਤੇ ਮੈਨੂੰ ਸਮਝਿਆ ਅਤੇ ਉਸ ਤੋਂ ਬਾਅਦ ਉਹਨਾਂ ਨਾਲ ਮੁਲਾਕਾਤ ਹੋਈ ਮੇਰੀ ਅਤੇ ਉਹਨਾਂ ਨੇ ਮੇਰਾ ਟ੍ਰੈਕ ਰਿਲੀਜ਼ ਕੀਤਾ आपने बताया आपके पापा को वो जगह नहीं मिल पाई जो उनको मिलनी चाहिए थी तो अब लग रहा है कि आप उस स्टेज पे पहुंच गई हैं कि आपको वो जगह मिल रही है और आपके पापा बहुत खुश हो रहे हैं जी मेरे पापा बहुत हैप्पी हैं कि मैं यहाँ तक पहुंची हूँ और अभी आगे आगे और सक्सेस जब अचीव होगा देन ही विल बी प्रॉपरली चाम कि यार बस अब मेरी विश पूरी हो चुकी है अभी थोड़ा और टाइम लगेगा ये गाना किस पे रिलीज़ किया आपने जी गाना किस पे रिलीज़ किया है ब्रांडी के यूट्यूब चैनल पे सो नंबर बाय जस्सी जिला की ब्रांडी के यूट्यूब चैनल पे रिलीज़ किया गया मैं नाजिक जी ने म्यूजिक किया एंड प्रीत गुरी जी के लिरिक्स ने एंड वीडियो हनीवर्क जी ने की है तो नेक्स्ट ट्रैक मेरा जल्दी आऊगा लास्ट नाइट ट्रैक का नाम है सॉन्ग का नाम है एंड वजीर जी ने गाया उन्होंने ਅਤੇ ਉਹਦਾ ਵੀ ਮਿਊਜ਼ਿਕ ਮੈਂ ਹੀ ਕੀਤਾ ਐਂਡ ਜਲਦੀ ਹੀ ਤੁਹਾਨੂੰ ਉਹਦੀ ਰਿਲੀਜ਼ਿੰਗ ਡੇਟ ਵੀ ਦੱਸਾਂਗੀ ਮੇਰਾ ਨੰਬਰ ਹੁਣੀ ਗਾਣਾ ਆਇਆ ਜੀ ਨੰਬਰ ਬ੍ਰੈਂਡ ਵੀ ਦੇ ਅਫੀਸ਼ੀਅਲ ਯੂਟਿਊਬ ਚੈਨਲ ਬੰਟੀ ਭਾਜੀ ਨੇ ਜਿਹੜਾ ਇਹ ਗਾਣਾ ਬੰਟੀ ਭੈਂਸ ਭਾਜੀ ਨੇ ਗਾਣਾ ਰਿਲੀਜ਼ ਕੀਤਾ ਐਚ ਵਿਰਕ ਭਾਈ ਦਾ ਪ੍ਰੋਜੈਕਟ ਹਨੀ ਵਿਰਕ ਨੇ ਵੀਡੀਓ ਕੀਤਾ ਅਤੇ ਹਰਨਾਜ਼ ਵਿਰਕ ਨੇ ਮਿਊਜ਼ਿਕ ਕੀਤਾ ਅਤੇ ਕੀ ਸੋਚ ਕੇ ਗਾਣਾ ਬਣਾਇਆ ਤੁਸੀਂ ਲਿਖਿਆ ਆਪ ਲਿਖਿਆ ਨਹੀਂ ਮੈਂ ਨਹੀਂ ਲਿਖਿਆ ਲਿਖਿਆ ਗਾਣੇ ਜਿਹੜਾ ਹੈਗਾ ਉਹ ਪ੍ਰੀਤ ਗੁਰੀ ਨੇ ਲਿਖਿਆ ਅੱਛਾ ਰਾਈਟਰ ਹੈ ਮੁੰਡਾ ਵਧੀਆ ਲਿਖਦਾ ਸੋਹਣੇ ਗਾਣਾ ਦੋ ਲਾਈਨਾਂ ਗਾ ਦਿਓ ਗੈਰਾਂ ਦੀਆਂ ਸ਼ਰਟਾਂ ਨਾ ਹੁਣ ਸੂਟ ਉਹਦੇ ਮੈਚ ਹੁੰਦੇ ਆ ਲੈਣੇ ਉਹਦੇ ਨੀਲੇ ਆਰੋ ਹੋਰਾਂ ਨਾ ਅਟੈਚ ਹੁੰਦੇ ਆ ਹੋਰਾਂ ਨਾ ਅਟੈਚ ਹੁੰਦੇ ਆ ਦਿਲ ਉਹਦਾ ਫੈਨ ਜਾ ਹੋ ਗਿਆ ਉਹ ਮਹਿੰਗੀ ਕਿਸੇ ਕਾਰ ਦਾ ਨੰਬਰ ਵੀ ਚੇਂਜ ਹੋ ਗਿਆ
ਹੁਣ ਤਾਂ ਮੁਟਿਆਰ ਦਾ ਨੰਬਰ ਵੀ ਚੇਂਜ ਹੋ ਗਿਆ। ਅੱਛਾ, ਕਿਸ ਕਿਸ ਬੇਸਿਸ ਪੇ ਸਿਲੈਕਟ ਕਰਦੇ ਹੋ ਕਿ ਆਪਕੋ ਕਿਸ ਤਰ੍ਹਾਂ ਦਾ ਗਾਣਾ ਗਾਣਾ ਹੈ? ਕੋਈ ਬੇਸ ਨਹੀਂ ਹੈਗਾ ਐਕਚੁਅਲ 'ਚ, ਇਹ ਜਸਟ ਕਿ ਬਈ ਗਾਣਾ ਪਸੰਦ ਆਉਣਾ ਚਾਹੀਦਾ। अपने दिमाग में कुछ नहीं रहता कि इस तरह का गाना हो, सैड हो, रोमांटिक हो। मेरे पास बहुत सारे गाने आते हैं, बहुत सारी डमीज आती हैं, सो मुझे जो अच्छी चीज लगती है सो मैं वो सिलेक्ट कर लेता हूँ अपना। जस्सी विर्क किस सिंगर का दीवाना है? जस्सी विर्क किसी एज पर्टिकुलर इंसान का दीवाना नहीं है, जस्सी विर्क सभी का दीवाना है। जो अच्छा गाते हैं, जो अच्छा लिखते हैं, जो अच्छे कंपोजर हैं, सबका दीवाना है। अपना गाना छोड़कर कोई और फेवरेट हो तो? मैं कोई ऐसा फेवरेट ऐसा कोई गाने, सभी गाने सुनते हैं, सो ऐसा कोई नहीं है। कोई आपको वैसे सुना देता हूँ, नुसरत साहब को सुनते हैं, माणक साहब को बहुत ज़्यादा सुनते हैं। माणक साहब का गाना मैं सुना देता हूँ। हो आमा हुंदी ए माओ दुनिया वाले, हो माँ है ठंडड़ी छाओ दुनिया वाले। वेरी नाइस। इस गाने के बाद कोई और गाना लाइनअप है? हाँ जी, हाँ जी, गाने बहुत सारे बने हुए हैं, धीरे 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 लॉन्च करेंगे, बस एज इस गाने के बाद भी बहुत जल्दी अपडेट देंगे। तो खुद को एज एन एक्टर देखते हो, उम्मीद कर सकते हैं आप बड़ी स्क्रीन पे जल्दी? हाँ आने जी, वाले हाँ हो जी, हाँ जी, जल्दी देखोगे। एच वीरकपा जी वही करते हैं, वही मेरे केयर टेकर हैं, उन्होंने ही मुझे एज एक्टर भी लॉन्च करेंगे बहुत जल्दी। प्लानिंग्स हैं, इन फ्यूचर आएंगे, एक्टर भी आएंगे। जाते जाते अपने फैंस के लिए कुछ कहना चाहोगे? बस सबको एक यही है कि अच्छे टैलेंट को, अच्छे गानों को ज़रूर प्यार दिया करो। मतलब लाइक साढ़े हमारे जैसे स्ट्रगलर्स हैं जो, उनको सबको प्यार दिया करो और ऐसे ही हमें सपोर्ट करो। नंबर गाना सुनो, एंजॉय करो, प्यार दो, सपोर्ट करो, ऐसे जैसे लव यू। नंबर गाना जो है वो सारे ऑडियो प्लेटफॉर्म्स पे है, वीडियो ब्रांड भी ऑफिशियल यूट्यूब चैनल पे है, ब्रांड वहाँ जाके गाना सुनो। स्पॉटीफाई गाना सभी पे है, गाना ऑडियो पोर्टल्स पे सभी जगह है, तो गाना सुनो और एंजॉय करो। और मेरे को रील्स बना के जरूर, वीडियोस बना के भेजो ताकि मैं अपने सोशल मीडिया पे डाल सकूँ। थैंक यू।